गुरदासपुर के भट्ठे के मालक वालों किया जा रहा सी मजदूरों से तशद्दुद। लेबर विच बच्चे भी सी शामिल, वीडियोज वायरल। लेबर के दो नौजवानों ने भज के बचाई अपनी जान अते सुनाई हट दी। गुरदासपुर के पिंड पाड़ा के एक भट्ठा के मालक वालों गरीब परिवारों को बंधुआ मजदूर बना के काम करवाया जा रहा सी। भट्ठे के मालक वालों इन्हां गरीब मजदूर परिवारों से तशद्दुद किस तरीके दे नाल ढाया जाता सी, आओ सुनदियां इन्हां मजदूरों की जुबानी। ਤਾਨੂੰ ਬੰਦਕ ਬਣਾ ਕੇ ਰੱਖਿਆ ਜੀ, ਅੱਧੀ ਕਿੱਥੇ ਰੱਖਦੇ ਸੀ ਭਾਈ? ਅੰਦਰ ਹੀ ਧੁੱਬੀਆਂ ਜੀ। ਤੇ ਬਾਹਰ ਨਹੀਂ ਨਿਕਲਣ ਦਿੰਦੇ ਸੀ ਭਾਜੀ? ਤੇ ਹੁਣ ਤੁਸੀਂ ਕਿਵੇਂ ਭੱਜੇ ਰਾਤੀ ਭਾਜੀ? ਭਾਜੀ ਕਣਕਾਂ ਦੇ ਵਿੱਚੋਂ ਭੱਜੇ ਭਾਜੀ, ਨੌ ਜੀ ਅੱਜ ਉੱਥੇ ਭਾਜੀ। ਕਿੰਨੇ ਕਿੰਨੇ ਲਏ ਉੱਥੇ ਆ? 9 ਜੀ। ਉਹ ਵੀ ਆਉਣਾ ਚਾਹੁੰਦੇ ਬਾਅਦ? ਹਾਂਜੀ ਭਾਜੀ। ਤੇ ਪਰਿਵਾਰ ਜਿਹੜਾ ਕਈ ਉੱਥੇ ਸਰ ਵੱਧਾ, ਕਈ ਭੱਜ ਗਏ ਤੇ ਕੱਲ੍ਹ ਸਰ ਮੈਂ ਮਹਾਂ ਜਾਂਚ ਛੜਾ ਕੇ ਤੋਂ ਭੱਜੇ ਸੀ ਸਰ ਦੋਵੇਂ ਜਾਣੇ। ਠੀਕ ਹੈ ਸਰ, ਇਹ ਭੱਠਾ ਸਰ ਗੋਰਾ ਵੱਜਦਾ ਕਰਕੇ ਤਾਂ ਸਰ ਰਾਤੀ ਹੀ ਫਿਰ ਸਾਡੇ ਬਾਹਰੋਂ ਬੰਦੇ ਨੇ ਕੰਮ ਕਰਵਾਇਆ ਵੀ ਚਲੋ ਤੁਹਾਡੀ ਜਾਨ ਛੁੱਟ ਜੂਗੀ ਸਰ। ਉਹਨਾਂ ਨੇ ਮਤਲਬ ਇਹ ਤਾਂ ਸਰ ਜਦੋਂ ਉਹਨਾਂ ਨੇ ਮਤਲਬ DC ਸਾਹਿਬ ਉਹਨਾਂ ਨੇ ਆਰਡਰ ਕੀਤਾ ਮਤਲਬ ਉਹਨਾਂ ਨੂੰ, ਤੇ ਉਹਨਾਂ ਨੇ ਤਹਿਸੀਲਦਾਰ ਨੂੰ ਭੇਜਿਆ, ਪਟਵਾਰੀ ਨੂੰ ਖਣੀ ਭੇਜਿਆ ਤੇ ਸਰ, ਤੇ ਉਹਨਾਂ ਨੇ ਸਰ ਮਤਲਬ ਜਦੋਂ ਭੇਜ ਦਿੱਤਾ ਆ ਉਹਨਾਂ ਨੇ ਆਰਡਰ ਕਰਕੇ ਸਾਨੂੰ ਸਰ ਪੈ ਮਾਲਕ ਨੇ ਮਤਲਬ ਪੈ ਤੋਂ ਬਾਹਰ ਜਦੋਂ ਕੱਢ ਦਿੱਤਾ ਭੱਠੇ ਤੋਂ ਸਾਨੂੰ ਗਾੜੀ ਸਰ ਮਾਲਕ ਨੇ ਪਤਾ ਨਹੀਂ ਕੀ ਕੀਤਾ ਆ। ਉੱਥੇ ਇੱਕ ਮੁਨਸ਼ੀ ਹਰਪ੍ਰੀਤ ਆ, ਉਹ ਸਰ ਦਾਦੇ ਗੈਂਗਸਟਰ ਉਹਦਾ ਨਾਂ ਕਹਿੰਦੇ ਲੈਂਦਾ, ਉਹ ਸਰ ਟੀਮ ਲੈ ਕੇ ਦਾਤਰਾਂ ਲੈ ਕੇ ਤੇ ਉੱਥੇ ਬੰਦਿਆਂ ਵੱਲ ਪਿਆ ਸੀ ਸਾਨੂੰ ਉੱਥੇ। लेबर करवाई जा रही सी, जो पत्रकार मौके ते पहुंचिया तो उसने इन्हां दीआं वीडियोज भी कैप्चर कीतीआं ते इन्हां दे नाल गलबात भी सांझी कीती। तुहानूं किड्डी लोड़ पई एड्डी वड्डी काम दी, तुसीं हुण ते फड़दे फुड़दे नहीं जो मजबूरी आ। अच्छा अच्छा, चलो कोई नहीं फिर। ते तुसीं स्कूल कल नहीं जांदे? ਪੱਠੇ ਦੇ ਮਾਲਕ ਵੱਲੋਂ ਕੀਤੇ ਜਾ ਰਹੇ ਜ਼ੁਲਮ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਲੇਬਰ ਕਰ ਰਹੇ ਦੋ ਨੌਜਵਾਨ ਆਪਣੀ ਜਾਨ ਬਚਾ ਕੇ ਇੱਥੋਂ ਭੱਜ ਨਿਕਲੇ ਤੇ ਅੰਮ੍ਰਿਤਸਰ ਦੇ ਕਿਸੇ ਵਕੀਲ ਦੇ ਨਾਲ ਮਿਲ ਕੇ ਉਹਨਾਂ ਨੇ ਮੀਡੀਆ ਦੇ ਨਾਲ ਸੰਪਰਕ ਕੀਤਾ ਤੇ ਆਪਣੀ ਸਾਰੀ ਹੱਡ ਬੀਤੀ ਵੀ ਸੁਣਾਈ। ਸੋ ਇਸ 'ਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਭੱਠਾ ਮਜ਼ਦੂਰ ਪਰਿਵਾਰਾਂ ਨੂੰ ਬੰਧੂਆ ਬਣਾ ਕੇ ਰੱਖਿਆ ਹੋਇਆ ਅਤੇ ਪ੍ਰਸ਼ਾਸਨ ਕੋਲੋਂ ਉਹ ਇਹਨਾਂ ਦੇ ਪਰਿਵਾਰ ਨੂੰ ਇਸ ਭੱਠੇ ਤੋਂ ਰਿਹਾਅ ਕਰਵਾਉਣ ਦੀ ਅਪੀਲ ਵੀ ਕਰਦੇ ਨੇ। ਮਨੋਜ ਸ਼ਰਮਾ ਜੀ ਔਰ ਤਹਿਸੀਲਦਾਰ ਅਤੇ ਔਰ ਇਹਨਾਂ ਦੀ ਕੱਲ੍ਹ ਰੇਡ ਕੀਤਾ ਸਵੇਰ ਤੋਂ ਹੀ ਭੱਠੇ 'ਤੇ ਜਾ ਕੇ ਉਹਨਾਂ ਨੇ, ਅਸੀਂ ਇਹਨਾਂ ਨੂੰ ਫੋਨ 'ਤੇ ਗੱਲ ਹੁੰਦੀ ਰਹੀ ਅਤੇ ਉੱਥੇ ਕਾਰਵਾਈ ਹੁੰਦੀ ਰਹੀ ਅਤੇ ਇਹਨਾਂ ਨੂੰ ਰਾਤੀ ਮੈਂ ਫੋਨ ਕੀਤਾ ਜੀ ਲੇਬਰ ਇੰਸਪੈਕਟਰ ਸਾਹਿਬ ਜੀ ਕਿ ਆ ਕੀਤਾ ਇਹ ਉਹਨਾਂ ਗਰੀਬ ਗਲਤ ਪਰਿਵਾਰਾਂ ਦਾ। ਕਹਿੰਦਾ ਜੀ ਅਸੀਂ 6:04 'ਤੇ ਕੌਲ ਹੋਈ ਅਤੇ ਕਹਿੰਦਾ ਜੀ ਅਸੀਂ ਬੰਧੂਆ ਮਜ਼ਦੂਰਾਂ ਨੂੰ ਛਡਾ ਕੇ ਭੇਜ ਦਿੱਤਾ ਆ। ਉਸ ਤੋਂ ਬਾਅਦ ਆਦਮੀ ਪਹੁੰਚੇ ਨਹੀਂ ਆ, ਉਸ ਤੋਂ ਬਾਅਦ 2 ਆਦਮੀ ਜਿਹੜੇ ਆ ਦੌੜ ਲਾ ਕੇ ਪਹੁੰਚੇ ਆ, ਉਹਨਾਂ ਨੇ ਸਾਨੂੰ ਫੋਨ 'ਤੇ ਦੱਸਿਆ ਵੀ ਸਾਡੇ 'ਤੇ ਹਮਲਾ ਕੀਤਾ ਗਿਆ ਆ ਭੱਠਾ ਮਾਲਕ ਔਰ ਜੋ ਕਿ ਹੈ ਮੁਨਸ਼ੀ ਅਤੇ ਜ਼ਿਮੀਂਦਾਰ ਵੱਲੋਂ ਦਾਤਰਾਂ ਦੇ ਨਾਲ ਹਮਲਾ ਕਰਕੇ, ਅਤੇ ਇਹ 2 ਆਦਮੀ ਜੋ ਹੈਗੇ ਸੀ ਰੋਇਲ ਅਤੇ ਮਲਕੀਤ ਇਹ ਦੌੜ ਲਾ ਕੇ ਭੱਜ ਆਏ ਔਰ ਇਹਨਾਂ ਨੇ ਆਣ ਕੇ ਸਾਨੂੰ ਦੱਸਿਆ ਅਤੇ ਬਾਕੀ ਪਰਿਵਾਰ ਜਿਹੜੇ ਛੋਟੇ ਬੱਚੇ ਕਿਸਾਨ ਦੀ ਬੱਚੀ ਵੀ ਆ ਦੁੱਧ ਤੋਂ ਬਗੈਰ ਵਿਲਕ ਰਹੀ ਆ। 3 ਔਰਤਾਂ ਨੇ ਅਤੇ 3-4 ਬੱਚੇ ਨੇ, 3 ਆਦਮੀ ਨੇ, 9 ਆਦਮੀਆਂ ਨੂੰ ਉਹਨਾਂ ਨੇ ਬੰਧੂਆ ਬਣਾ ਕੇ ਰੱਖਿਆ ਅਤੇ ਵਾਰ ਵਾਰ ਕਦੀ ਤਾਂ ਪੁਲਿਸ ਡਿਪਾਰਟਮੈਂਟ ਕੋਲ ਫੋਨ ਕਰਾਉਂਦੇ ਵੀ ਸਾਨੂੰ ਪੈਸੇ ਦੇ ਦਿਓ ਸਾਡੇ ਅਤੇ ਅਸੀਂ ਵਾਪਸ ਤੁਹਾਡੇ ਬੱਚੇ ਦੇ ਦਿੰਦੇ ਹਾਂ, ਤੁਹਾਡੀਆਂ ਜਨਾਨੀਆਂ ਦੇ ਦਿੰਦੇ ਹਾਂ, ਅਤੇ ਕਦੀ ਇਹ ਲੇਬਰ ਇੰਸਪੈਕਟਰ ਸਾਹਿਬ ਜੋ ਫੋਨ ਨਹੀਂ ਚੱਕ ਰਿਹਾ। ਜੋ ਜੀ ਅਸੀਂ ਮੰਗ ਕਰਦੇ ਹਾਂ ਵੀ ਇਹ ਜੋ ਦਲਤਾਂ ਨਾਲ ਹੋ ਰਿਹਾ ਏ, ਹਰ ਭੱਠੇ 'ਤੇ ਭੱਠਾ ਮਜ਼ਦੂਰ ਬਣਾ ਕੇ ਕੰਮ ਕੀਤਾ ਜਾ, ਉਹ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਜੋ ਛੱਤੀਸਗੜ੍ਹ ਤੋਂ UP ਬਿਹਾਰ ਤੋਂ ਆਉਂਦੇ, ਉਹਨਾਂ ਨਾਲ ਵੀ ਇਹੀ ਵਿਕਤਰਾ ਕੀਤਾ ਜਾਂਦਾ ਏ। ਗੁਰਦਾਸਪੁਰ ਤੋਂ ਰਵਿੰਦਰ ਸੈਣੀ ਦੇ ਨਾਲ ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ।